ਆਉਂਦੇ ਨੇ ਬਸ ਤੈਨੂੰ ਤੇ ਪਤਾ ਹੀ ਹੈ ਮੇਰਾ, ਅਸੀਂ ਤੋਨੀ ਵੀ ਲਾਨੇ ਹੁੰਦੇ ਆ ਜੇ ਸਾਹਮਣੇ ਹੋਣ ਤੇ, ਸਾਹਮਣੇ ਨਹੀਂ ਹੈ ਉਹ ਕੀ ਕੀਤਾ ਜੀ। ਚਲੋ ਬਾਈ ਨਹੀਂ ਮੈਂ ਕਿਹੜਾ ਕੋਈ ਇਹਨਾਂ ਨੂੰ ਟੰਬਾ ਫੇਰਨੀਆਂ ਨੇ ਜੀ। ਮੁਫਤੀ ਸਾਹਿਬ ਸਮਝ ਆਈ ਮੂਰਤੀ ਕਾਜ਼ੀ ਯਾਰ ਮੁਹੰਮਦ ਕਾ ਥੋੜਾ ਸਾ ਤਾਰੁਫ਼ ਮੈਂ ਕਰਵਾ ਦੂੰਗਾ, ਉਸਕੇ ਬਾਅਦ ਫਿਰ ਆਗੇ ਗੁਫ਼ਤਗੂ ਹਮ ਕਰਤੇ ਹੈ। ਕਾਜ਼ੀ ਯਾਰ ਮੁਹੰਮਦ ਵੋ ਹੈ ਕਿ ਜੋ ਮਿਰਜ਼ੇ ਕਾਦੀਆਨੀ ਕੋ ਸ਼ਰਾਬ ਪਿਲਾਇਆ ਕਰਤਾ ਥਾ, ਟਾਨਕ ਵਾਈਨ ਲਾ ਕੇ ਦੇਤਾ ਥਾ, ਤੋ ਔਰ ਅੱਲਾਹ ਟਾਨਕ ਵਾਈਨ ਵੀ ਪਿਲਾਤਾ ਥਾ ਸਾਥ ਯੇ ਨਾ ਮਿਰਜ਼ਾ ਕਾਦੀਆਨੀ ਜਬ ਨਮਾਜ਼ ਪੜ੍ਹਤਾ ਥਾ ਤੋ ਸਜਦੇ ਮੇਂ ਜਾਤਾ ਥਾ ਨਾ, ਤੋ ਯੇ ਪੀਛੇ ਸੇ ਉਂਗਲੀਆਂ ਆ ਕੇ ਦੇਤਾ ਥਾ ਮਿਰਜ਼ੇ ਕੀ ਪਛਵਾੜੇ ਕੇ ਅੰਦਰ। ਯੇ ਵੋਹੀ ਕਾਜ਼ੀ ਯਾਰ ਮੁਹੰਮਦ ਹੈ, ਯੇ ਵੋਹੀ ਕਾਜ਼ੀ ਯਾਰ ਮੁਹੰਮਦ ਹੈ ਜਿਸ ਕੋ ਕਫਨ ਚੋਰੀ ਕਰਨੇ ਕੀ ਆਦਤ ਪੜ ਗਈ ਥੀ, ਔਰ ਮਿਰਜ਼ੇ ਨੇ ਕਹਾ ਥਾ ਕਿ ਵੋ ਕਫਨ ਚੋਰੀ ਕੇ ਜਿਤਨੇ ਪੈਸੇ ਹੈ ਨਾ ਵੋ ਸਾਰੇ ਤੂੰ ਨਾ ਮੇਰੀ ਕਿਤਾਬੇ ਛਪਵਾਨੇ ਕੇ ਅੰਦਰ ਲਗਾ ਦੇ, ਮੁਝੇ ਦੇ ਦੇ। ਯੇ ਵੋਹੀ ਕਾਜ਼ੀ ਯਾਰ ਮੁਹੰਮਦ ਹੈ ਜਿਸ ਕੋ ਬੱਚੇਬਾਜ਼ੀ ਕੀ ਵੀ ਆਦਤ ਥੀ, ਯੇ ਬੱਚਾ ਪ੍ਰੈਕਟਿਸ ਕਰਤਾ ਹੋਤਾ ਥਾ, ਤੋ ਜਨਾਬ ਹਕੀਮ ਨੂਰਾ ਲੈ ਕੇ ਆਇਆ ਮਿਰਜ਼ੇ ਕਾਦੀਆਨੀ ਕੇ ਪਾਸ ਇਸਕੋ, ਕਹਿਣੇ ਲਗਾ ਕਿ ਇਹਨੂੰ ਬੱਚੇਬਾਜ਼ੀ ਦੀ ਆਦਤ ਹੈ ਤੇ ਇਹਨੂੰ ਜਾਮੇ ਅਹਿਮਦੀਆ ਦੇ ਵਿੱਚ ਆਉਂਦਾ ਪਿਆ ਮੈਂ ਪੜ੍ਹਾਉਣਾ ਵੇ, ਤੇ ਮਿਰਜ਼ਾ ਕਾਦੀਆਨੀ ਦੰਦੀਆਂ ਕੱਢ ਕੇ ਕਹਿੰਦਾ ਕੋਈ ਨੀ ਗੱਲ ਤੂੰ ਵੀ ਤੇ ਮੈਂ ਇੰਜਦੇ ਹੀ ਆ ਨਾ ਦੱਸ ਲਓ ਇਹਨੂੰ ਖੈਰ ਮੇਰੇ। ਯੇ ਵੋ ਹੀ ਕਾਜ਼ੀ ਯਾਰ ਮੁਹੰਮਦ ਹੈ ਕਿ ਜਿਸ ਕੇ ਪਾਸ ਮਿਰਜ਼ੇ ਕਾਦੀਆਨੀ ਨੇ ਖਲੀਫਾ ਜ਼ਾਨੀ ਖਲੀਫਾ ਦੋ ਨੰਬਰ ਕੋ ਵੱਡੇ ਬਸ਼ੀਰੇ ਕੋ ਪੜ੍ਹਨੇ ਕੇ ਲੀਏ ਭੇਜਾ ਥਾ। ਯੇ ਵੋ ਹੀ ਕਾਜ਼ੀ ਯਾਰ ਮੁਹੰਮਦ ਹੈ, ਵੋ ਹੀ ਕਾਜ਼ੀ ਯਾਰ ਮੁਹੰਮਦ ਯੇ ਉਸਨੇ ਕਿਤਾਬ ਲਿਖੀ ਇਸਲਾਮੀ ਕੁਰਬਾਨੀ ਉਸਕੇ ਸਫ਼ਾ 12 ਕੇ ਉੱਪਰ ਲਿਖਤਾ ਹੈ, ਜੈਸਾ ਕਿ ਹਜ਼ਰਤ ਮਸੀਹ ਮੂਤਰ ਅਲੈਹਿ ਸ਼ਲਵਾਰ ਨੇ ਏਕ ਮੌਕਾ ਪਰ ਆਪਣੀ ਹਾਲਤ ਯੇ ਜ਼ਾਹਰ ਫਰਮਾਈ ਹੈ ਕਿ ਕਸ਼ਫ ਕੀ ਹਾਲਤ ਆਪ ਪਰ ਇਸ ਤਰ੍ਹਾਂ ਤਾਰੀ ਹੋਈ ਕਿ ਗੋਇਆ ਆਪ ਔਰਤ ਹੈ, ਔਰ ਜੱਲਾਸ਼ ਨੇ ਰਜੂਲੀਅਤ ਕੀ ਤਾਕਤ ਕਾ ਇਜ਼ਹਾਰ ਫਰਮਾਇਆ ਥਾ, ਸਮਝਨੇ ਵਾਲੇ ਕੇ ਲੀਏ ਇਸ਼ਾਰਾ ਹੀ ਕਾਫੀ ਹੈ। ਓਏ ਮਜ਼ੇ ਓਏ ਤੁਹਾਡੇ ਮਜ਼ੇ ਓਏ, ਹਾਂਜੀ ਪਿੱਠਾ ਤੁਸੀਂ ਮਰਵਾਓ ਤੇ ਨਾ ਮੌਲਵੀਆਂ ਦੇ ਲਾਓ।